ਸੀ ਐਂਟਰਟੇਨਮੈਂਟ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਇੱਕ ਇਹੋ ਜਿਹੀ ਪੰਜਾਬੀ ਫਿਲਮ ਦੇ ਔਨ ਲੋਕੇਸ਼ਨ ਸੈੱਟ 'ਤੇ ਜਿਸਦਾ ਜਿਹੜਾ ਟਾਈਟਲ ਹੈ ਉਹੀ ਆਪਣੇ ਆਪ 'ਚ ਬਹੁਤ ਦਿਲਚਸਪ ਅਤੇ ਦਮਦਾਰ ਹੈ। ਜੀ ਹਾਂ, ਫਿਲਮ ਦਾ ਨਾਮ ਹੈ ਕਿਰਦਾਰੇ ਸਰਦਾਰ ਅਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਇਸ ਫਿਲਮ ਦੇ ਲੀਡ ਐਕਟਰ ਨਵ ਬਾਜਵਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਿਲੀਪ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਪੀ ਡੀ ਸੀ ਪੰਜਾਬੀ ਦਾ ਸ਼ੋਅ ਦੇਖ ਰਹੇ ਨੇ। ਐਂਡ ਥੈਂਕ ਯੂ ਸੋ ਮਚ ਫੋਰ ਕਮਿੰਗ ਹੇਅਰ। ਨਵ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੰਪਲੀਮੈਂਟ ਦੇਣਾ ਚਾਹਾਂਗਾ ਕਿ ਤੁਸੀਂ ਜਦੋਂ ਵੀ ਦਸਤਾਰ ਸਜਾਉਂਦੇ ਹੋ ਬਹੁਤ ਵਧੀਆ ਲੱਗਦੇ ਹੋ, ਲੁਕਿੰਗ ਗੁੱਡ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ। ਅਤੇ ਜਿਸ ਤਰ੍ਹਾਂ ਇਹ ਫਿਲਮ ਦਾ ਜਿਹੜਾ ਟਾਈਟਲ ਹੈ ਕਿਰਦਾਰੇ ਸਰਦਾਰ, ਆਪਣੇ ਆਪ 'ਚ ਵੀ ਇਸ ਇਹ ਜਿਹੜਾ ਟਾਈਟਲ ਹੈ ਬਹੁਤ ਦਮਖਮ ਵਾਲਾ ਟਾਈਟਲ ਹੈ, ਬਹੁਤ ਅੱਛਾ ਟਾਈਟਲ ਹੈ, ਬੜਾ ਕੈਚੀ ਟਾਈਟਲ ਹੈ ਜੋ ਕਿ ਸਰਦਾਰਾਂ ਦੇ ਕੈਰੇਕਟਰਿਸਟਿਕਸ ਨੂੰ ਵੀ ਰਿਫਲੈਕਟ ਕਰਦਾ ਹੈ। ਕੀ ਹੋਵੇਗਾ ਇਸ ਫਿਲਮ 'ਚ, ਕੀ ਵੇਖਣ ਨੂੰ ਮਿਲੇਗਾ ਇਸ ਦੇ ਜ਼ਰੀਏ? ਦੇਖੋ, ਸਭ ਤੋਂ ਪਹਿਲਾਂ ਮੈਂ ਜਿਹੜੀਆਂ ਫਿਲਮਾਂ ਕੀਤੀਆਂ ਨੇ ਪਹਿਲਾਂ, ਚਾਹੇ ਉਹ ਪਿਓਰ ਪੰਜਾਬੀ ਤੋਂ ਸ਼ੁਰੂਆਤ ਹੋਈ ਸੀ, ਬਟ ਉਸ ਤੋਂ ਬਾਅਦ ਫਤਿਹ ਫਿਲਮ ਆਈ ਸੀ ਮੇਰੀ, ਕੁਕਨੂਸ ਹੈ ਔਰ ਹੋਰ ਵੀ ਜਿਹੜੀਆਂ ਫਿਲਮਾਂ ਨੇ, ਜ਼ਿਆਦਾਤਰ ਜਿਹੜੇ ਮੈਂ ਕਿਰਦਾਰ ਨਿਭਾਏ ਨੇ ਉਹ ਡੈਫੀਨੇਟਲੀ ਸਿੱਖੀ ਨੂੰ ਰੀਪ੍ਰਜੈਂਟ ਕਰਦੇ ਨੇ। ਪਲੱਸ ਦੋਨੋਂ ਚੀਜ਼ਾਂ ਨੂੰ ਦਿਖਾਉਂਦੇ ਨੇ ਕਿ ਇੱਕ ਲੜਕਾ ਜਿਹੜਾ ਕਲੀਨ ਸ਼ੇਵ ਹੈ ਜਾਂ ਜਿਹੜੀ ਦਾੜੀ ਘੱਟ ਆ, ਔਰ ਉਹ ਕਿੱਦਾਂ ਸਰਦਾਰ ਰੂਪ ਦੇ ਵਿੱਚ ਆਉਂਦਾ ਹੈ। ਸੋ ਆਈ ਐਮ ਵੈਰੀ ਥੈਂਕਫੁਲ ਦੈਟ ਪੀਪਲ ਐਕਸੈਪਟਡ ਮੀ ਲਾਈਕ ਦੈਟ ਐਂਡ ਆਈ ਵਿਲ ਬੀ ਏਬਲ ਟੂ ਡੂ ਦੀਸ ਕਾਈਂਡ ਆਫ ਥਿੰਗਸ। ਹੁਣ ਕਿਰਦਾਰੇ ਸਰਦਾਰ ਦੀ ਅਗਰ ਮੈਂ ਗੱਲ ਕਰਾਂ, ਇਹਦਾ ਟਾਈਟਲ ਇਸ ਚੀਜ਼ ਨੂੰ ਦਿਖਾਉਂਦਾ ਹੈ ਕਿ ਸਰਦਾਰ ਦਾ ਕਿਰਦਾਰ ਕੀ ਹੈ। ਸਾਰੀ ਦੁਨੀਆ ਨੂੰ ਪਤਾ, ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਬਟ ਇਹਦੇ ਦਿਸ ਫਿਲਮ ਇਜ਼ ਐਕਚੁਲੀ ਅ ਸਪੋਰਟਸ ਬੇਸਡ, ਇੱਕ ਇਮੋਸ਼ਨਲ, ਇੱਕ ਡਰਾਮਾ ਕਹਿ ਸਕਦੇ ਹੋ ਤੁਸੀਂ। ਬੋਕਸਿੰਗ ਨੂੰ ਅਸੀਂ ਇਹਦੇ ਵਿੱਚ ਰੀਪ੍ਰਜੈਂਟ ਕਰ ਰਹੇ ਹਾਂ, ਔਰ ਡਿਟੇਲ ਵਿੱਚ ਨਾ ਜਾਂਦੇ ਹੋਏ ਸਿਰਫ ਇੰਨੀ ਗੱਲ ਦੱਸਾਂ ਕਿ ਬੋਕਸਿੰਗ ਦਾ, ਬੋਕਸਿੰਗ ਐਸੋਸੀਏਸ਼ਨ ਦੇ ਕੁਝ ਰੂਲਸ ਹੁੰਦੇ ਨੇ, ਰੈਗੂਲੇਸ਼ਨਸ ਹੁੰਦੇ ਨੇ, ਜਿਹਦੇ ਅੰਡਰ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਉਹਨੂੰ ਲੜ ਸਕਦੇ ਹੋ, ਰੀਪ੍ਰਜੈਂਟ ਕਰ ਸਕਦੇ ਹੋ। ਉਹਨਾਂ ਦਾ ਇੱਕ ਐਸਾ ਰੂਲ ਵੀ ਹੈ ਜਿਹਦੇ ਵਿੱਚ ਅਗਰ ਕੇਸ਼ ਰੱਖੇ ਨੇ ਜਾਂ ਤੁਹਾਡੇ ਦਾੜੀ ਹੈ ਜਾਂ ਕੁਛ ਹੈ, ਬਿਕੋਜ਼ ਦੇ ਹੈਵ ਦਿਸ ਪੁਆਇੰਟਸ, ਤੁਸੀਂ ਕੰਪੀਟ ਨਹੀਂ ਕਰ ਸਕਦੇ। ਨਾਓ ਅਗਰ ਮੈਂ ਕੇਸ਼ਾਂ ਦੀ ਗੱਲ ਕਰਾਂ, ਅਤੇ ਸਾਡੇ ਸਿੱਖੀ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਇੱਕ ਚੀਜ਼ ਹੁੰਦੀ ਹੈ, ਜਿਵੇਂ ਪੰਜ ਕਕਾਰ ਹੁੰਦੇ ਨੇ, ਉਹਨਾਂ 'ਚੋਂ ਇੱਕ ਕੇਸ਼ ਕਕਾਰ ਜਿਹੜਾ ਹੁੰਦਾ ਹੈ। ਸੋ ਵਟ ਅਬਾਊਟ ਦ ਸਿੱਖ ਬੋਇਜ਼ ਜਿਹੜੇ ਅੱਜ ਦੀ ਡੇਟ 'ਚ ਬਹੁਤ ਅੱਛੇ ਫਾਈਟਰਸ ਵੀ ਨੇ, ਬਟ ਉਹ ਆਪਣੇ ਧਰਮ ਨੂੰ ਔਰ ਆਪਣੀ ਚੀਜ਼ ਨੂੰ ਨਹੀਂ ਕਨਵਰਟ ਕਰਨਾ ਚਾਹੁੰਦੇ, ਵਟ ਅਬਾਊਟ ਦੈਮ? ਸੋ ਦਿਸ ਇਜ਼ ਦ ਸਬਜੈਕਟ ਵੀ ਆਰ ਟਾਕਿੰਗ ਅਬਾਊਟ, ਕਿਰਦਾਰੇ ਸਰਦਾਰ, ਐਂਡ ਆਈ ਬਿਲੀਵ ਦਿਸ ਇਜ਼ ਅ ਇੰਟਰਨੈਸ਼ਨਲ ਸਬਜੈਕਟ ਫੋਰ ਆਲ ਦ ਪੰਜਾਬੀਜ਼ ਲਿਵਿੰਗ ਆਲ ਅਰਾਊਂਡ ਦ ਵਰਲਡ, ਕਿ ਤੁਸੀਂ ਬੀਂਗ ਅ ਸਰਦਾਰ ਇਸ ਸਪੋਰਟਸ ਨੂੰ ਕਿੱਦਾਂ ਰੀਪ੍ਰਜੈਂਟ ਕਰ ਸਕਦੇ ਹੋ। ਮਿਹਨਤ ਬਹੁਤ ਕੀਤੀ ਹੈ, ਸਪੈਸ਼ਲੀ ਫਰੋਮ ਦ ਡਾਇਰੈਕਟਰ ਜਤਿੰਦਰ ਜੀਤੂ ਜੀ ਨੇ, ਮੈਨੂੰ ਲੈ ਕੇ, ਸਾਰੇ ਕਿਰਦਾਰਾਂ ਨੂੰ ਲੈ ਕੇ, ਕਿਉਂਕਿ ਬੋਕਸਿੰਗ ਸੀ, ਸੋ ਅਸੀਂ ਪਹਿਲਾਂ 2 ਮਹੀਨੇ ਪ੍ਰੋਪਰ ਬੋਕਸਿੰਗ ਦੀ ਟ੍ਰੇਨਿੰਗ ਲਿੱਤੀ ਹੈ, ਫਿਜ਼ੀਕ ਉੱਤੇ ਬਹੁਤ ਕੰਮ ਹੋਇਆ, ਅਗੇਨ 6-pack ਐਬਸ ਮੈਨੂੰ ਬਣਾਉਣ ਦਾ ਮੌਕਾ ਮਿਲਿਆ, ਬਾਈਸੈਪਸ ਇੰਪਰੂਵ ਕਰਨ ਦਾ ਮੌਕਾ ਮਿਲਿਆ ਟੀ ਸ਼ਰਟ ਦੇ ਅੰਦਰ ਨੇ ਫਿਲਹਾਲ। ਸੋ ਸਕਰੀਨ ਦੇ ਉੱਤੇ ਦੇਖਣ ਨੂੰ ਮਿਲੇਗਾ, ਬੇਅਰ ਬੋਡੀ ਸ਼ਾਰਟਸ ਨੇ ਕੁਝ ਸੋਸ਼ਲ ਮੀਡੀਆ 'ਤੇ ਮੈਂ ਅਪਲੋਡ ਵੀ ਕੀਤੇ ਨੇ, ਔਰ ਬਹੁਤ ਸੋਹਣਾ ਲੋਕਾਂ ਦਾ ਰਿਸਪੋਂਸ। ਇਸ ਵੇਲੇ ਸਾਡੇ ਨਾਲ ਕਿਰਦਾਰੇ ਸਰਦਾਰ ਦੇ ਡਾਇਰੈਕਟਰ ਜਤਿੰਦਰ ਜੀਤੂ ਜੁੜ ਗਏ ਨੇ, ਅਤੇ ਦੇਖ ਸਕਦੇ ਹਾਂ ਕਿ ਬੜਾ ਅੱਛਾ ਮਾਹੌਲ ਹੈ ਇਸ ਵੇਲੇ ਇੱਥੇ ਸੈੱਟ ਦਾ, ਅਤੇ ਰਾਤ ਦੇ 1 ਵਜੇ ਮਗਰ ਪਤਾ ਹੀ ਨਹੀਂ ਚੱਲ ਰਿਹਾ ਕਿ ਇੰਨਾ ਟਾਈਮ ਹੋ ਗਿਆ। ਅਤੇ ਬੀਂਗ ਅ ਡਾਇਰੈਕਟਰ, ਬੀਂਗ ਅ ਫਿਲਮ ਮੇਕਰ, ਇਹ ਜਿਹੜਾ ਪੈਸ਼ਨ ਹੈ ਇਹ ਜਾਰੀ ਰਹਿੰਦਾ ਕੰਟੀਨਿਊਸਲੀ, ਭਾਵੇਂ ਰਾਤ ਦੇ 1 ਵਜੇ ਹੋਣ, ਭਾਵੇਂ ਦੁਪਹਿਰ ਦੇ 1 ਵਜੇ ਹੋਣ? ਜੀ, ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਪੀ ਟੀ ਸੀ ਦਾ ਧੰਨਵਾਦ ਕਰਦੇ ਹਾਂ ਕਿ ਨਿਮਾਣਿਆਂ ਦੇ ਸੈੱਟ ਦੇ ਉੱਤੇ ਆਏ ਨੇ, ਔਰ ਮੇਰਾ ਨਾਮ ਹੈ ਜਤਿੰਦਰ ਸਿੰਘ ਜੀਤੂ, ਮੈਂ ਸਿੰਘ ਨਾਮ ਐਡਜਸਟ ਇਸ ਕਰਕੇ ਕਰ ਰਿਹਾ ਬਿਕੋਜ਼ ਮੈਨੂੰ ਲੱਗਦਾ ਹੈ ਕਿ ਮਤਲਬ ਜੇ ਅਸੀਂ ਸਿੰਘ ਹੈਗੇ ਹਾਂ ਤਾਂ ਉਸਨੂੰ ਜ਼ਰੂਰ ਦੁਨੀਆ ਨੂੰ ਦੱਸਣਾ ਚਾਹੀਦਾ ਵਾ। ਬੜੀ ਵਧੀਆ ਤੁਸੀਂ ਜਿਹੜਾ ਕੁਐਸਚਨ ਪੁੱਟ ਕੀਤਾ ਕਿ ਵੀ ਇਹ ਪੈਸ਼ਨ ਜਾਰੀ ਰਹਿੰਦਾ। ਦੇਖੋ ਜੀ, ਇੱਕ ਕੰਮ ਦੀ ਲਾਲਸਾ ਹੁੰਦੀ ਹੈ, ਚੰਗੇ ਆਊਟਪੁੱਟ ਕੱਢਣ ਦੀ ਇੱਕ ਲਾਲਸਾ ਹੁੰਦੀ ਹੈ, ਅਤੇ ਇਸ ਵਿੱਚ ਕਦੋਂ 72-72 ਘੰਟੇ ਕੰਮ ਲਗਾਤਾਰ ਕਰਦੇ ਹਾਂ ਪਤਾ ਹੀ ਨਹੀਂ ਲੱਗਦਾ। ਤਾਂ ਹੁਣ ਅਸੀਂ ਲਗਾਤਾਰ ਹੀ ਪਿੱਛੋਂ ਆਏ ਸੀਗੇ, ਸ਼ੂਟ ਕਰਦੇ ਕਰਦੇ ਰੈਗੂਲਰ ਆਏ ਹਾਂ, ਔਰ ਸੋਲਨ ਤੋਂ ਆਏ ਹਾਂ, ਜਿੱਥੇ ਚਹਿਲ ਤੋਂ ਵਾਪਸ ਆਏ ਹਾਂ, ਆ ਕੇ ਸਿੱਧਾ ਡਾਇਰੈਕਟ ਇੱਥੇ ਕੰਮ ਕਰ ਰਹੇ ਹਾਂ, ਔਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਉਹ ਥਕਾਵਟ ਹੋਈ ਹੋਵੇ ਜਾਂ ਕੋਈ ਅਸੀਂ ਰੈਸਟਲੈਸ ਹੋਈ ਹੋਈ। ਆਈ ਡੋਂਟ ਥਿੰਕ ਅਤੇ ਅਸੀਂ ਕਿਰਦਾਰੇ ਸਰਦਾਰ ਦੇ ਔਨ ਲੋਕੇਸ਼ਨ 'ਤੇ ਬੈਠੇ ਹਾਂ, ਇਸ ਦੇ ਸੈੱਟ 'ਤੇ ਬੈਠੇ, ਅਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਸ ਫਿਲਮ ਦੀ ਲੀਡ ਐਕਟਰੈਸ ਨੇਹਾ ਪਵਾਰ, ਵੈਲਕਮ। ਪਹਿਲਾਂ ਤਾਂ ਮੇਰੀ ਤਰਫੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਮੇਰੀ ਪਹਿਲੀ ਪੰਜਾਬੀ ਮੂਵੀ ਹੈ, ਇਹ ਤੋਂ ਪਹਿਲਾਂ ਮੈਂ ਹਿੰਦੀ ਫਿਲਮ ਔਰ ਸਾਊਥ ਦੀ ਫਿਲਮਸ ਕੀਤੀਆਂ ਹੈ, ਪਰ ਮੈਂ ਬਹੁਤ ਐਕਸਾਈਟਿਡ ਹਾਂ ਇਹ ਫਿਲਮ ਲਈ। ਕਿਰਦਾਰੇ ਸਰਦਾਰ ਬਹੁਤ ਵਧੀਆ ਮੂਵੀ ਬਣ ਕੇ ਆ ਰਹੀ ਹੈ, ਔਰ ਸਾਰਿਆਂ ਤੋਂ ਜ਼ਿਆਦਾ ਚੰਗਾ ਮੈਨੂੰ ਇਸ ਲਈ ਲੱਗ ਰਿਹਾ ਕਿਉਂਕਿ ਮੈਂ ਇਹ ਫਿਲਮ ਦੀ ਸ਼ੁਰੂਆਤ ਜੋ ਕੀਤੀ ਹੈ ਉਹ ਅੰਮ੍ਰਿਤਸਰ ਤੋਂ ਕੀਤੀ ਹੈ। ਮੇਰੇ ਪਾਪਾ ਕਹਿੰਦੇ ਰਹੇ ਕਿ ਉਹ ਸਾਡੇ ਗੁਰੂਆਂ ਦੀ ਧਰਤੀ ਹੈ, ਤਾਂ ਮੈਨੂੰ ਬਹੁਤ ਵਧੀਆ ਲੱਗਿਆ ਉੱਥੇ ਸ਼ੂਟ ਕਰਕੇ, ਤਾਂ ਕਿਉਂਕਿ ਪਹਿਲੀ ਮੂਵੀ ਹੈ ਉਹ ਵੀ ਆਪਣੀ ਕਮਿਊਨਿਟੀ ਨੂੰ ਅਸੀਂ ਅੱਗੇ ਚੱਕਿਆ। ਜਿੱਦਾਂ ਅੱਜ ਮੇਰਾ ਕੈਰੇਕਟਰ ਜੋ ਮੈਂ ਪਲੇ ਕਰ ਰਹੀ ਹਾਂ ਫਿਲਮ 'ਚ ਉਹ ਇਸ ਤਰੀਕੇ ਦਾ ਹੈ, ਜਿੱਦਾਂ ਅੱਜ ਕੱਲ੍ਹ ਦੀ ਸਿੱਖ ਜੋ ਕੁੜੀਆਂ ਨੇ ਉਹ ਮਤਲਬ ਸਰਦਾਰਾਂ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀਆਂ,
ਤਾਂ ਉਸ ਉਸ ਮਤਲਬ ਐਂਗਲ ਨੂੰ ਵੀ ਅਸੀਂ ਸਾਹਮਣੇ ਲੈ ਕੇ ਆਵਾਂਗੇ ਤਾਂ ਉਸ ਬਾਰੇ 'ਚ ਮਤਲਬ ਮੇਰਾ ਕੈਰੈਕਟਰ ਦਿਖੇਗਾ ਤੁਹਾਨੂੰ।